ਕਾਂਗਰਸ ਦੇ ਸੀਨੀਅਰ ਲੀਡਰ ਦਿਗਵਜੇ ਸਿੰਘ ਨੇ ਇੱਕ ਬੜਾ ਹੀ ਘਟਿਆ ਕਿਸਮ ਦਾ ਟਵੀਟ ਕਰਕੇ ਤੇ ਸਿੱਖਾਂ ਨੂੰ ਤਬਲੀਕੀ ਜ਼ਮਾਤ ਦੀ ਜਗ੍ਹਾ ਤੇ ਜੁਮੇਵਾਰ ਠਾਉਣਾ ਸ਼ੁਰੂ ਕੀਤਾ ਕਰੋਨਾ ਵਾਇਰਸ ਵਾਸਤੇ ਕਾਂਗਰਸ ਦੀ ਇਹ ਮਾਨਸਿਕਤਾ ਕੋਈ ਨਵੀਂ ਨਹੀਂ ਇਹ ਕਾਂਗਰਸ ਉਹੀ ਆ ਜਿਸ ਨੇ 1984 ਦੇ ਅੰਦਰ ਸਿੱਖਾਂ ਦੇ ਗਲਾ ਚਟੇਰ ਪਾ ਕੇ ਅੱਗ ਲਾਈ ਔਰ ਅਖਬਾਰਾਂ ਚ ਇਤੋਂ ਤੱਕ ਇਸ਼ਤਿਹਾਰ ਦਿੱਤੇ ਸੀ ਟੈਕਸੀ ਡਰਾਈਵਰ ਸਿੱਖ ਚਲ ਦਿਖਾ ਕੇ ਕੀ ਕਿਹਾ ਤੁਹਾਨੂੰ ਇਤੋਂ ਮੈਥੋਂ ਡਰ ਲੱਗਦਾ ਔਰ ਹੁਣ ਮਹਾਰਾਸ਼ਟਰ ਅੰਦਰ ਵੀ ਕਾਂਗਰਸ ਦੀ ਸਪੋਰਟਡ ਸਰਕਾਰ ਪੰਜਾਬ ਅੰਦਰ ਵੀ ਕਾਂਗਰਸ ਦੀ ਸਰਕਾਰ ਦੋਵਾਂ ਸਰਕਾਰਾਂ ਨੇ ਮਿਲ ਕੇ ਐਸਾ ਕੀ ਕੀਤਾ ਕਿ ਜਿਹੜਾ ਸਾਜ਼ਿਸ਼ ਆ ਕਿ ਸਾਰੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਕਰੋਨਾ ਵਾਇਰਸ ਵਾਸਤੇ ਔਰ ਤਬਲੀਕੀ ਜ਼ਮਾਤ ਮਰਕਜ਼ ਜਿਹੜਾ ਹੈ ਉਹਦੇ ਨਾਲ ਹੁਣ ਕਾਂਗਰਸ ਦੇ ਲੀਡਰਾਂ ਵੱਲੋਂ ਸਾਨੂੰ ਜੋੜ ਕੇ ਦਿਖਾਉਣਾ ਔਰ ਇਹ ਕਹਿਣਾ ਕਿ ਤਬਲੀਕੀ ਜ਼ਮਾਤ ਦੀ ਜਗ੍ਹਾ ਤੇ ਹੁਣ ਸਿੱਖ ਇਸ ਕਰੋਨਾ ਵਾਇਰਸ ਨੂੰ ਲੈ ਕੇ ਆਏ ਆ ਇਸ ਦੇ ਜਿੱਥੇ ਮੈਂ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਉੱਥੇ ਮੈਂ ਕਾਂਗਰਸ ਨੂੰ ਅਗਾਹ ਵੀ ਕਰਦਾ ਹਾਂ ਇਹ ਆਪਣੀਆਂ ਕੋਝੀਆਂ ਸ਼ਰਾਰਤਾਂ ਤੋਂ ਬਾਝਾਓ ਵਰਨਾ ਜਵਾਬ ਸਾਨੂੰ ਹੀ ਦੇਣਾ ਆਉਂਦਾ ਹੈ ਅਸੀਂ ਉਹ ਸਿੱਖਾਂ ਜਿਹੜੇ ਮਾਨਵਤਾ ਲਈ ਸਭ ਤੋਂ ਵੱਡੀ ਸੇਵਾ ਕਰ ਰਹੇ ਆ ਸਾਡੀ ਸੇਵਾ ਨੂੰ ਦੇਸ਼ ਦੇ ਸਰਕਾਰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਹਦੀ ਛਲਾਗਾ ਕੀਤੀ ਆ ਔਰ ਤੁਹਾਡੀ ਇਹ ਘਟੀਆ ਮਾਨਸਿਕਤਾ ਹਮੇਸ਼ਾ ਸਿੱਖਾਂ ਦੀ ਦੁਸ਼ਮਣੀ ਹਮੇਸ਼ਾ ਸਿੱਖਾਂ ਦੇ ਪ੍ਰਤੀ ਜ਼ਹਿਰ ਤੁਸੀਂ ਫੇਰ ਤੋਂ ਇੱਕ ਵਾਰ ਜਗ ਜाहिर ਕੀਤੀ ਆ ਜਿਸ ਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਆ